ਸਰਦਾਰ ਸਿੰਘ ਜੀ, ਲਾਲ ਕ੍ਰਿਸ਼ਨ ਅਡਵਾਨੀ ਉਹਨਾਂ ਨੂੰ ਪਹਿਲਾਂ ਤਾਂ ਬੀਜੇਪੀ ਨੇ ਪਾਸੇ ਕੀਤਾ ਅਤੇ ਉਹਨਾਂ ਵੱਲੋਂ ਹੁਣ ਜਿਹੜਾ ਵਿਰੋਧ ਵਾਲਾ ਜਿਹੜਾ ਪੱਖ ਉਹਨਾਂ ਦਾ ਸਾਹਮਣੇ ਆਇਆ ਹੈਗਾ, ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਪਾਰਟੀ ਦਾ ਵਿਰੋਧੀ ਹੈ ਉਹ ਦੇਸ਼ ਵਿਰੋਧੀ ਨਹੀਂ ਹੋ ਸਕਦਾ, ਜਾਂ ਉਹਨਾਂ ਨੇ ਇੱਕ ਪਾਸੜ ਵੋਟ ਦੀ ਜਿਹੜੀ ਗੱਲ ਹੈ, ਪੋਲਰਾਈਜੇਸ਼ਨ ਦੀ ਗੱਲ ਹੈ, ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ, ਕੀ ਕਹੋਗੇ ਇਸ ਦੇ ਬਾਰੇ? ਲਾਲ ਕ੍ਰਿਸ਼ਨ ਅਡਵਾਨੀ ਦਾ ਜਿਹੜਾ ਇਹ ਨਵਾਂ ਬਿਆਨ ਆਇਆ ਨਾ, ਉਹਨੂੰ ਆਪਾਂ ਦੋ ਢੰਗ ਨਾਲ ਅਨਾਲਿਸਿਸ ਕਰ ਸਕਦੇ ਹੈਗੇ ਹਾਂ। ਇੱਕ ਤਾਂ ਪਹਿਲਾਂ ਕਹਿ ਸਕਦੇ ਹਾਂ ਵੀ ਕਿਉਂਕਿ ਉਹਨਾਂ ਨੂੰ ਪਾਰਟੀ ਦੇ ਜਿਹੜੇ ਨਵੀਂ ਬਰੀਡ ਆਈ ਆ ਉਹਨੇ ਨੁਕਰੇ ਲਾ ਦਿੱਤਾ ਹੋਇਆ, ਤਾਂ ਕਰਕੇ ਉਹਦੇ ਗੁੱਸੇ ਚੋਂ ਹੋ ਗਈ ਜੀ, ਉਹਦੇ ਗੁੱਸੇ ਚੋਂ ਉਹ ਰਿਐਕਟ ਕਰ ਰਹੇ ਨੇ ਵੀ ਅਕਸਰ ਸੀਨੀਅਰ ਲੀਡਰ ਆ ਹਨਾ, ਗੋਡਫਾਦਰ ਆ ਪਾਰਟੀ ਦਾ, ਵਾਜਪਾਈ ਤੋਂ ਬਾਅਦ ਇਹੀ ਵਾਜਪਾਈ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਲਾਲ ਕ੍ਰਿਸ਼ਨ ਅਡਵਾਨੀ ਸੀਨੀਅਰ ਫਿਗਰ ਸੀ, ਉਹਨੂੰ ਘੱਟੋ ਘੱਟ ਈਵਨ ਜੇ ਸੀਟ ਤੋਂ ਤੁਸੀਂ ਉਹਨਾਂ ਨੂੰ ਪਾਸੇ ਵੀ ਕਰਨਾ ਸੀ, ਘੱਟੋ ਘੱਟ ਉਹਦੀ ਸਲਾਹ ਲਈ ਜਾਣੀ ਚਾਹੀਦੀ ਸੀ, ਉਹਨੂੰ ਜਾ ਕੇ ਪਾਰਟੀ ਦੀ ਹਾਈ ਕਮਾਂਡ ਪੁੱਛਦੀ ਤਾਂ ਸੀ ਹੈ ਨਾ ਵੀ ਅਸੀਂ ਤੇਰੇ ਬਾਰੇ ਆਹ ਫੈਸਲਾ ਲੈਣਾ, ਬਿਨਾਂ ਕਿਸੇ ਸੋਚੇ ਸਮਝੇ ਤੋਂ ਫੈਸਲਾ ਲੈ ਗਿਆ, ਅਸੀਂ ਸਮਝਦੇ ਵੀ ਇੱਕ ਡਿਸਰਿਸਪੈਕਟ ਆ ਇੱਕ ਸੀਨੀਅਰ ਲੀਡਰ ਦੀ। ਹਾਲਾਂਕਿ ਲਾਲ ਕ੍ਰਿਸ਼ਨ ਅਡਵਾਨੀ ਨਾਲ ਅਸੀਂ ਉਹਦੀ ਰਾਜਨੀਤੀ ਨਾਲ ਅਸੀਂ ਕਦੀ ਵੀ ਸਹਿਮਤ ਨਹੀਂ ਹੋਏ, ਬਿਲਕੁਲ ਉਹਨੇ ਵੀ ਉਹੀ ਕੀਤਾ ਜੋ ਹੋਣੀ ਕਰ ਰਹੇ। ਹਾਂਜੀ ਹਾਂਜੀ, ਤੇ ਉਹ ਆਪਾਂ ਨੈਕਸਟ ਅਨਾਲਿਸਿਸ 'ਚ ਕਰਦੇ ਹਾਂ ਵੀ ਇਹਦੇ ਬਾਵਜੂਦ ਵੀ ਉਹਨੇ ਪਾਰਟੀ ਲਈ ਕੰਮ ਕਰਿਆ ਸੀ, ਬੜਾ ਜ਼ੋਰ ਲਾਇਆ, ਇਸ ਲਈ ਉਹਨੂੰ ਰਿਸਪੈਕਟਫੁਲੀ ਪਾਸੇ ਕਰਨਾ ਬਣਦਾ ਸੀ ਸਾਡਾ ਇਸ ਮਾਮਲੇ 'ਚ ਮੰਨਣਾ। ਹਾਲਾਂਕਿ ਅਸੀਂ ਉਹਦੀ ਪੋਲੀਟਿਕਸ ਦੇ ਪੂਰੇ ਵਿਰੋਧੀ ਹਾਂ, ਉਹਦੀ ਪੋਲੀਟਿਕਸ ਨਾਲ ਸਹਿਮਤ ਨਹੀਂ। ਹੁਣ ਜਿਹੜਾ ਦੂਜਾ ਪੱਖ ਆ ਉਹਦੇ 'ਚ ਉਹ ਪੰਜਾਬੀ ਦੀ ਕਹਾਵਤ ਆ ਜਿਹੜੀ ਵੀ 900 ਚੂਹੇ ਗਾ ਕੇ ਬਿੱਲੀ ਹੱਜ ਨੂੰ ਚੱਲੀ, ਵੀ ਜਿਹੜੀ ਪੋਲਰਾਈਜੇਸ਼ਨ ਆ ਹਿੰਦੂਆਂ ਤੇ ਮੁਸਲਮਾਨਾਂ ਦੀ ਵੋਟ ਦੀ ਪੋਲਰਾਈਜੇਸ਼ਨ ਸਭ ਤੋਂ ਜ਼ਿਆਦਾ ਕੀਤੀ ਉਹ ਲਾਲ ਕ੍ਰਿਸ਼ਨ ਅਡਵਾਨੀ ਨੇ ਆ, ਜਿਸ ਤਰੀਕੇ ਨਾਲ ਉਦੋਂ ਦੋ ਸੀਟਾਂ ਤੇ ਸੀਮਿਤ ਰਹਿ ਗਈ ਸੀ ਬੀਜੇਪੀ। ਹਾਂਜੀ, 1984 'ਚ ਦੋ ਸੀਟਾਂ ਮਿਲੀਆਂ ਸੀ ਉਹਨਾਂ ਨੂੰ, ਉਹ ਤੋਂ ਬਾਅਦ ਲਗਾਤਾਰ ਇਹਨਾਂ ਨੂੰ ਲੱਗਿਆ ਔਰ ਲਾਲ ਕ੍ਰਿਸ਼ਨ ਅਡਵਾਨੀ ਨੇ ਉਹ ਪੂਰੀ ਵਾਗਡੋਰ ਆਪਣੇ ਹੱਥ 'ਚ ਸੰਭਾਲੀ, ਬਕਾਇਦਾ ਇੰਨੇ ਅੱਗ ਬਬੂਲੇ ਬਿਆਨ ਆਉਂਦੇ ਰਹੇ ਉਹਨਾਂ ਦੇ ਤੇ ਬਾਬਰੀ ਮਸਜਿਦ ਢਾ ਦੇਣ ਤੱਕ ਉਹਨਾਂ ਨੇ ਜੋ ਕੁਛ ਕੀਤਾ ਉਹ ਸਾਰਾ ਇਤਿਹਾਸ ਦਾ ਹਿੱਸਾ ਹੈਗਾ, ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਛ। ਜੀ ਜੀ, ਅੱਜ ਜੇ ਲਾਲ ਕ੍ਰਿਸ਼ਨ ਅਡਵਾਨੀ ਕਹਿੰਦੇ ਆ ਵੀ ਉਹ ਲੋਕ ਦੇਸ਼ ਵਿਰੋਧੀ ਨਹੀਂ ਹੈਗੇ ਜਿਹੜੇ ਬੀਜੇਪੀ ਨਾਲ ਸਹਿਮਤ ਨਹੀਂ ਹੈਗੇ, ਮਤਲਬ ਕਿ ਉਹ ਆਪ ਇਹ ਬਿਆਨ ਦਿੰਦੇ ਰਹੇ ਨੇ ਵੀ ਬੀਜੇਪੀ ਦੀ ਆਈਡੀਓਲੋਜੀ ਉਹ ਸਭ ਤੋਂ ਉੱਤਮ ਆਈਡੀਓਲੋਜੀ ਆ, ਜਿਹੜਾ ਇਸ ਆਈਡੀਓਲੋਜੀ ਤੇ ਨਹੀਂ ਚੱਲਦਾ ਉਹ ਦੇਸ਼ ਵਿਰੋਧੀ, ਦੇਸ਼ ਵਿਰੋਧੀ ਆ ਜਾਂ ਪਾਕਿਸਤਾਨ ਦਾ ਹਮਾਇਤੀ ਆ। ਜੀ ਜੀ, ਤੇ ਅੱਜ ਵੀ ਉਹੀ ਕੁਛ ਚੱਲ ਰਿਹਾ, ਅੱਜ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਗਲਤ ਹੋ ਰਿਹਾ। ਹਾਂ ਵੀ ਇਹ ਗਲਤ ਹੋ ਰਿਹਾ, ਹੁਣ ਸਾਰਾ ਕੁਛ ਹੰਢਾ ਲੈਣ ਤੋਂ ਬਾਅਦ 91 ਸਾਲ ਦੀ ਉਮਰ 'ਚ ਜਾ ਕੇ ਜੇ ਬੰਦੇ ਨੂੰ ਇਹ ਅਹਿਸਾਸ ਹੁੰਦਾ ਵੀ ਅਸੀਂ ਜੋ ਕੁਛ ਕਰਦੇ ਰਹੇ ਸੀ ਗਲਤ ਕਰ ਰਹੇ ਸੀ, ਮਤਲਬ ਕਿ ਇਹ ਤਾਂ ਬਿਲਕੁਲ ਟੋਟਲੀ ਉਹ ਇੱਕ ਤਰ੍ਹਾਂ ਨਾਲ ਜਮਹੂਰੀਅਤ ਦਾ ਘਾਣ ਕਰਨ ਵਾਲੀ ਗੱਲ ਆ, ਜਿਹਨਾਂ ਬੰਦਿਆਂ ਨੇ ਜਮਹੂਰੀਅਤ ਦਾ ਪੈਰ ਪੈਰ ਤੇ ਘਾਣ ਕਰਿਆ, ਅੱਜ ਆਖਰੀ ਵੇਲੇ ਜਦੋਂ ਸੀਟ ਨਹੀਂ ਮਿਲੀ ਉਹ ਵੀ, ਜੇ ਸੀਟ ਮਿਲ ਜਾਂਦੀ ਹੋ ਸਕਦਾ 5 ਸਾਲ ਇਹ ਦਬਿਆ ਰਹਿੰਦਾ ਜਿਹੜਾ ਜਜ਼ਬਾ ਸੀ। ਹੁਣ ਉਹਨਾਂ ਨੂੰ ਉਦਾਂ ਜਿਹੜਾ ਬਲੌਗ ਉਹਨਾਂ ਨੇ ਲਿਖਿਆ ਜੀ, ਇਟ ਇਜ਼ ਵੈਰੀ ਗੁੱਡ ਪੀਸ ਆਫ ਡੈਮੋਕ੍ਰੇਸੀ, ਹਨਾ ਇੱਕ ਚੰਗੇ ਪੋਲੀਟੀਸ਼ੀਅਨ ਨੂੰ ਜਿਸ ਤਰ੍ਹਾਂ ਲਿਖਣਾ ਚਾਹੀਦਾ ਸੀ ਉਹ ਵਧੀਆ, ਪਰ ਇੱਕ ਤਾਂ ਉਮਰ ਦੇ ਇਹਨਾਂ ਵਰਿਆਂ 'ਚ ਆ ਕੇ ਲਿਖਿਆ ਜਦੋਂ ਸਾਰਾ ਪਾਣੀ ਸਿਰਾਂ ਤੋਂ ਲੰਘ ਗਿਆ, ਤੇ ਉਹ ਉਸ ਬੰਦੇ ਨੇ ਲਿਖਿਆ ਜਿਹੜਾ ਸਾਰਾ ਕੁਛ ਆਪ ਕਰਦਾ ਰਿਹਾ, ਜਿਹਨੇ ਇਹ ਸਾਰਾ ਕ੍ਰਾਈਮ ਕੀਤਾ ਹੈਗਾ, ਜੀ 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 ਜੀ, ਜਿਹੜਾ ਬੰਦਾ ਆਪ ਐਡਾ ਵੱਡਾ ਕ੍ਰਾਈਮ ਕਰ ਚੁੱਕਿਆ ਵੀ ਹਜ਼ਾਰਾਂ ਲੋਕ ਮਾਰੇ ਗਏ ਨੇ ਉਹਦੀਆਂ ਰੱਥ ਯਾਤਰਾਵਾਂ ਤੇ, ਜਾਂ ਉਹਦੇ ਅੱਗ ਚਲਾਉਣ ਵਾਲੇ ਜਿਹੜੇ ਬਿਆਨ ਸੀਗੇ ਉਸ ਤੋਂ ਬਾਅਦ ਚੋਂ ਮੁੰਬਈ ਦੇ ਵਿੱਚ ਧਮਾਕੇ ਹੋਏ ਜਿਹੜਾ ਉਹਦੇ ਵਿਰੋਧ, ਬਿਲਕੁਲ ਬਿਲਕੁਲ ਉਸ ਦੇ ਵਿੱਚ ਕਿੰਨੇ ਲੋਕ ਮਾਰੇ, ਅਸੀਂ ਧਮਾਕਿਆਂ ਨੂੰ ਵੀ ਜਸਟੀਫਾਈ ਨਹੀਂ ਕਰਦੇ ਹਨਾ, ਉਹ ਵੀ ਬਿਲਕੁਲ ਗਲਤ ਸੀ, ਉਹਦੇ 'ਚ ਨਿਰਦੋਸ਼ ਲੋਕ ਮਾਰੇ ਗਏ ਨੇ ਤੇ ਉਹ ਤੋਂ ਪਹਿਲਾਂ ਜਿਹੜੇ 1992 'ਚ ਧਮਾਕੇ ਜਿਹੜੇ ਹੋਏ ਆ 1992 ਦੇ ਜਿਹੜੇ ਮੁਸਲਮਾਨਾਂ ਦੇ ਕਤਲੇਆਮ ਦੇ ਵਿਰੋਧ 'ਚ ਹੋਏ ਆ, ਹੁਣ ਧਮਾਕਿਆਂ ਦੇ ਦੋਸ਼ੀ ਤੁਸੀਂ ਫੜ ਲਏ ਨੇ, ਪਰ ਜਿਹੜੇ 1992 ਦੇ ਹੋਏ ਸੀ ਦੰਗੇ ਹੋਏ ਸੀ ਉਹਨਾਂ ਦੇ ਕਤਲੇ, ਉਹਦੇ 'ਚ ਸ਼੍ਰੀ ਕ੍ਰਿਸ਼ਨਾ ਕਮਿਸ਼ਨ ਬਣਿਆ, ਸ਼੍ਰੀ ਕ੍ਰਿਸ਼ਨਾ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਯਾਰ ਸ਼ਿਵ ਸੈਨਾ ਦੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ, ਪਰ ਉਹ ਕ੍ਰਿਸ਼ਨਾ ਕਮਿਸ਼ਨ ਦੀ ਰਿਪੋਰਟ ਬਿਲਕੁਲ ਖੁੰਝੇ ਲਾਤੀ ਹੋਈ ਆ, ਕਿਸੇ ਨੇ ਪੁੱਛਿਆ ਤੱਕ ਨਹੀਂ, ਜਦੋਂ ਇਨਸਾਫ ਬਰਾਬਰ ਨਹੀਂ ਮਿਲਿਆ, ਇਹਦਾ ਮਤਲਬ ਮੁਸਲਮਾਨ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਕਰ ਲਿਆ, ਜਿਹੜੀ ਹਿੰਦੂ ਕਮਿਊਨਿਟੀ ਨੇ 500-600 ਮੁਸਲਮਾਨ ਮਾਰਿਆ ਸੀ ਉਹ ਕਿਉਂਕਿ ਵੱਡੀ ਲੀਡਰਸ਼ਿਪ ਫਸਦੀ ਸੀ, ਉਹ ਸਾਰਾ ਤੁਸੀਂ ਦੱਬ ਲਿਆ, ਉਹੀ ਸੇਮ ਜੋ ਸਿੱਖਾਂ ਦੇ ਨਾਲ ਹੋਇਆ ਜੋ 84 ਦੇ ਵਿੱਚ ਕਤਲੇਆਮ ਹੋਇਆ। ਹਾਂ, ਮਤਲਬ ਕਿ ਸੋ ਅਡਵਾਨੀ ਦੀ ਇਸ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਦੇਰ ਬਾਅਦ ਆਏ ਆ, ਸਾਰਾ ਕ੍ਰਾਈਮ ਕਰਨ ਤੋਂ ਬਾਅਦ ਆਏ ਆ, ਹੁਣ ਉਹਦੀ ਕੋਈ ਇੰਨੀ ਪੁੱਛਗਿੱਛ ਨਹੀਂ ਰਹੀ, ਜੇ ਉਹ ਬਿਆਨ ਉਹ ਉਹਨਾਂ ਦੀ ਪ੍ਰੈਕਟੀਕਲ ਪੋਲਿਟਿਕਸ ਹੋਰ ਹੁੰਦੀ ਤਾਂ ਇਸ ਬਿਆਨ ਦਾ ਬਹੁਤ ਵੱਡਾ ਅਸਰ ਹੋਣਾ ਸੀ ਭਾਰਤੀ ਪੋਲਿਟਿਕਸ ਤੇ, ਪਰ ਹੁਣ ਅਜੋਕੇ ਹਾਲਾਤਾਂ ਦੇ ਵਿੱਚ ਇਹ ਕੁਛ ਨਹੀਂ। ਹਾਂ, ਹੁਣ ਇਹ ਹੈਗਾ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੇਵ ਆ ਰਹੀ ਸੀ ਉਹਦੇ ਖਿਲਾਫ ਭੁਗਤੇ ਆ, ਵਿਰੋਧੀ ਪਾਰਟੀਆਂ ਨੂੰ ਇੱਕ ਮੁੱਦਾ ਮਿਲ ਗਿਆ ਹੋਇਆ ਤੇ ਇਹ ਵਿਰੋਧੀ ਪਾਰਟੀਆਂ ਦੇ ਹੱਕ 'ਚ ਜਾਣ ਵਾਲਾ ਬਿਆਨ ਬਣ ਗਿਆ, ਮਤਲਬ ਕਿਤੇ ਨਾ ਕਿਤੇ ਥੋੜਾ ਬਹੁਤਾ ਨੁਕਸਾਨ ਉਸ ਪਾਸਿਓਂ ਕਰ ਸਕਦੇ ਆ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜਿਹੜੀ ਵੇਵ ਆ
ਉਹਨੂੰ ਡੱਕਣ ਲਈ ਜਿਸ ਤਰ੍ਹਾਂ ਉਹਨੇ ਕਰ ਲਿਆ ਤੇ ਇਸੇ ਚੱਕਰ ਚੋਂ ਕਹਿੰਦੇ ਵੀ ਮੁਰਲੀ ਮਨੋਹਰ ਜੋਸ਼ੀ ਆ ਜਿਹੜੇ ਉਹ ਕਾਂਗਰਸ ਲੀਡਰਸ਼ਿਪ ਦੇ ਸੰਪਰਕ ਚ ਨੇ ਅੱਜ ਕੱਲ ਉਹਨਾਂ ਨੂੰ ਵੀ ਟਿਕਟ ਤੋਂ ਪਾਸੇ ਕਰ ਦਿੱਤਾ ਗਿਆ ਨਾ ਤੇ ਉਹ ਅਗਲੇ ਦਿਨਾਂ ਚ ਉਹ ਕੀ ਸਟੈਪ ਲੈਂਦੇ ਆ ਉਹ ਦੇਖਣ ਵਾਲੀ ਗੱਲ ਬੀਜੇਪੀ ਦੀ ਵੇਵ ਦੇ ਖਿਲਾਫ ਇਹ ਭੁਗਤ ਸਕਦਾ ਇਵਨ ਮਮਤਾ ਬੈਨਰਜੀ ਉਹਨੇ ਬੋਲੇ ਨੇ ਰਾਹੁਲ ਗਾਂਧੀ ਵੀ ਬੋਲ ਪਏ ਨੇ ਹੁਣ ਰਾਹੁਲ ਗਾਂਧੀ ਨੇ ਵੀ ਕੱਲ ਬਿਆਨ ਦਿੱਤਾ ਵੀ ਉਹ ਡਿਸਰਿਸਪੈਕਟਫੁੱਲ ਆ ਅਡਵਾਨੀ ਜੀ ਲਈ ਹੈ ਨਾ ਸੋ ਉਸ ਤਰ੍ਹਾਂ ਨਾਲ ਪੋਲੀਟੀਕਲੀ ਡੈਮੇਜ ਹੋਊਗਾ ਪਰ ਅਡਵਾਨੀ ਨੇ ਆਪ ਜੋ ਕੁਛ ਕਰਿਆ ਉਹੀ ਕੁਛ ਉਹੀ ਗੱਲ ਜੋ ਬੀਜਿਆ ਉਹੀ ਵੱਢਣਾ ਪਊਗਾ ਜਦੋਂ ਤੁਸੀਂ ਜੋ ਤੁਸੀਂ ਆਪ ਲੋਕਾਂ ਨਾਲ ਕੀਤਾ ਹੈਗਾ ਉਹੀ ਤੁਹਾਡੇ ਸਾਹਮਣੇ ਆਉਂਦਾ ਹੈ।